ਹਾਂਜੀ ਸੋਨਿਓ ਤੇ ਅੱਜ ਅਸੀਂ ਪਾਕਿਸਤਾਨ ਦੇ ਬੜੇ ਵੱਡੇ ਅਦਾਕਾਰ ਹੋਏ ਨੇ ਉਨਾਇਤ ਸਨ ਪੱਟੀ ਕਿ ਸੋਨਿਓ ਗਲੂਕਾਰ ਵੀ ਤੇ ਹਦਾਇਤਕਾਰ ਵੀ ਤੇ ਅਦਾਕਾਰ ਵੀ ਕਿਨੇ ਯਾਰ ਫਿਲਮ ਇੰਡਸਟਰੀ ਦੇ ਵਿੱਚ ਬੜਾ ਵੱਡਾ ਨਾਮ ਕਮਾਇਆ ਤੇ ਇਹਨਾਂ ਦੀ ਪਿਆਰਿਓ ਕੱਲ ਬਰਸੀ ਸੀ ਤੇ ਅਸੀਂ ਆਖਿਆ ਕਿ ਯਾਰ ਵੀਰਾਂ ਨਾਲ ਇਹਦੀ ਜ਼ਿੰਦਗੀ ਦੇ ਬਾਰੇ ਚੰਦ ਗੱਲਾਂ ਸ਼ੇਅਰ ਕਰੀਏ ਤੇ ਉਹਨਾਂ ਨੂੰ ਯਾਦ ਤਾਜ਼ਾ ਕਰਵਾਈਏ ਕਿ ਕੇਸਰਾਂ ਪਿਆਰਿਓ ਪਾਕਿਸਤਾਨ ਦੀ ਫਿਲਮ ਇੰਡਸਟਰੀ ਦਾ ਬੜਾ ਵੱਡਾ ਨਾਂ ਹੋਇਆ ਹੈ ਨੈਸਨ ਪੱਟੀ ਤੇ ਇਹਦੇ ਪਿਆਰਿਓ ਜ਼ਿੰਦਗੀ ਦੇ ਚੰਦ ਅਸੀਂ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਕਿ ਪਹਿਲੇ ਅਸੀਂ ਵੀਡੀਓ ਇਹਦੇ ਤੇ ਕੀਤੀ ਸੀ ਤੇ ਵੇਖਣ ਵਾਲਿਆਂ ਨੇ ਬਹੁਤ ਹੀ ਪਿਆਰ ਦਿੱਤਾ ਸੀ ਤੇ ਪਿਆਰ ਦੇਣ ਦਾ ਬਹੁਤ ਹੀ ਜ਼ਿਆਦਾ ਸ਼ੁਕਰੀਆ ਤੇ ਅਸੀਂ ਸੋਹਣਿਓ ਅੱਜ ਨੈਸਨ ਪੱਟੀ ਦੇ ਚੰਦ ਜ਼ਿੰਦਗੀ ਦੇ ਵਾਕਿਆ ਤੁਹਾਨੂੰ ਦੱਸਾਂਗੇ ਕਿ ਯਾਰ ਅੱਜ ਵੀ ਉਹ ਸਾਡੇ ਦਿਲਾਂ ਦੇ ਵਿੱਚ ਜ਼ਿੰਦਾ ਹੈ ਟੁਰ ਗਿਆ ਟੁਰ ਸਭ ਨੇ ਜਾਣਾ ਤੇ ਗੱਲ ਉਹੀ ਹੁੰਦੀ ਹੈ ਕਿ ਜਿਹੜੀ ਸੋਣਿਓ ਪਿੱਛੋ ਯਾਦ ਬੰਦਾ ਰੱਖੇ ਕਿ ਇਹ ਫਲਾਣਾ ਬੰਦਾ ਆਇਆ ਸੀ ਮੂੰਹ ਤੇ ਤੇ ਹਰ ਬੰਦਾ ਹੀ ਕਹਿ ਦਿੰਦਾ ਹੈ ਕਿ ਯਾਰ ਬੜਾ ਚੰਗਾ ਬੰਦਾ ਹੈ ਲੇਕਿਨ ਮਜ਼ਾ ਸਵਾਦ ਐਂ ਜੀ ਆਂਦਾ ਹੈ ਕਿ ਜਿਸ ਤਰ੍ਹਾਂ ਅੱਜ ਅਸੀਂ 28 ਸਾਲ ਹੋ ਗਏ ਨੇ ਸੁਲਤਾਨੀ ਨੂੰ ਯਾਦ ਰੱਖਿਆ ਤੇ ਅੱਜ ਸੋਨਿਓ ਕੱਲ ਨੈਸਨ ਪੱਟੀ ਦੀ ਵਰਸੀ ਸੀ ਉਹਦੇ ਮੌਕੇ ਦੇ ਨਾਲ ਹੀ ਅਸੀਂ ਆਖਿਆ ਕਿ ਅੱਜ ਅਸੀਂ ਕਿ ਨੈਸਨ ਪੱਟੀ ਨੂੰ ਖਰਾਜੇ ਤਸੀਮ ਪੇਸ਼ ਕਰੀਏ ਤੇ ਜੇ ਤੁਸੀਂ ਇਹ ਮੇਰੀ ਪੂਰੀ ਸਟੋਰੀ ਸੁਣਨਾ ਚਾਹਦੇ ਜੇ ਤੇ ਮੇਰੀ ਵੀਡੀਓ ਨਾਲ ਜੁੜੇ ਰਹੋ ਤੇ ਜੇ ਪਿਆਰਿਓ ਤੁਸੀਂ ਮੇਰੇ ਚੈਨਲ ਤੇ ਪਹਿਲੀ ਦਫਾ ਆਈਏ ਤੇ ਯਾਰ ਮੁਹੱਬਤਾਂ ਦੇ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਆਓ ਫਿਰ ਵੀਡੀਓ ਸ਼ੁਰੂ ਕਰੀਏ ਤੇ ਅਸੀਂ ਤੁਹਾਨੂੰ ਦੱਸੀਏ ਕਿ ਨੈਸਨ ਪੱਟੀ ਦਾ ਕਿਹੜੇ ਸ਼ਹਿਰ ਨਾਲ ਤਲਕ ਸੀ ਇਹਦਾ ਪਿਆਰਿਓ ਗੁਜਰਾਤ ਦੇ ਨਾਲ ਤਲਕ ਸੀ ਲਾਹੌਰ ਆਏ ਤੇ ਗੌਨ ਦਾ ਇਹਨੂੰ ਬੜਾ ਸ਼ੌਂਕ ਸੀ ਮੇਲਿਆਂ ਤੇ ਯਾਰ ਇਹਦਾ ਭੱਟੀ ਠੇਠਰ ਲੱਗਦਾ ਹੁੰਦਾ ਸੀ ਤੇ ਵਾਮ ਦੇ ਵਿੱਚ ਬੰਦਾ ਸੀ ਤੇ ਵਾਮ ਦੇ ਦਿਲਾਂ ਦੇ ਵਿੱਚ ਖੁੱਬ ਜਾਂਦਾ ਸੀ ਕਿ ਯਾਰ ਇਹੋ ਇਹੋ ਜੀ ਇਹਨੇ ਗਾਣੇ ਬੋਲ ਛੱਡੇ ਨੇ ਕਿ ਆਪਦੇ ਦੌਰ ਦੇ ਵਿੱਚ ਮੈਂ ਕਹਿੰਨਾ ਕਿ ਇੰਦੇ ਵੱਡਾ ਇੰਦੇ ਜਿਹਾ ਵੱਡਾ ਕੋਈ ਗਲੂਕਾਰ ਨਹੀਂ ਸੀ ਉਸ ਟਾਈਮ ਲੋਕਾਂ ਨੇ ਪਿਆਰ ਦਿੱਤਾ ਮੁਹੱਬਤਾਂ ਦਿੱਤੀਆਂ ਤੇ ਚੱਲਦਾ ਚੱਲਦਾ ਸੋਣਿਓ ਫਿਲਮ ਇੰਡਸਟਰੀ 'ਚ ਕਿਰਾ ਪਹੁੰਚ ਗਿਆ ਤੇ ਫਿਲਮ ਇੰਡਸਟਰੀ ਦੇ ਵਿੱਚ ਪਿਆਰਿਓ ਹੀਰੋ ਵੀ ਰਿਆ ਅਦਾਕਾਰੀ ਵੀ ਕੀਤੀ ਤੇ ਗਾਣੇ ਵੀ ਗਾਏ ਬੜੇ ਬੜੇ ਸੁਪਰ ਹਿੱਟ ਗਾਣੇ ਦੇ ਰਹਿ ਕਿ ਜਿਸ ਤਰ੍ਹਾਂ ਪਿਆਰਿਓ ਚੰਨ ਮੇਰੇ ਮੱਖਣਾ ਦੁਨੀਆ ਮਤਲਬ ਦੀ ਓ ਯਾਰ ਮੈਂ ਕਹਿੰਨਾ ਕਿ ਯਾਰ ਅੱਜ ਵੀ ਪਿੰਡਾਂ ਥਾਵਾਂ ਵਾਲੇ ਲੋਕ ਸੋਹਦੇ ਨੇ ਨਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਨੈਸਨ ਪੱਟੀ ਅੱਜ ਵੀ ਜ਼ਿੰਦਾ ਹੈ ਇਹਦੀਆਂ ਬੜੀਆਂ ਮਸ਼ਹੂਰ ਫਿਲਮਾਂ ਜਿਵੇਂ ਸਰਾ ਚੰਮਖਣਾ ਸੱਜਣ ਪਿਆਰਾ ਦੁਨੀਆ ਮਤਲਬ ਦੀਓ ਯਾਰ ਕਿ ਫਿਲਮਾਂ ਨੂੰ ਯਾਰ ਅੱਜ ਵੀ ਤੁਸੀਂ ਬੈ ਕੇ ਵੇਖੋ ਨਾ ਤੇ ਮੈਂ ਕਹਿੰਨਾ ਕਿ ਇਹਦੇ ਕੰਮ ਨੂੰ ਤੁਸੀਂ ਸਲੂਟ ਕਰੋਗੇ ਕਿ ਅੱਜ ਵੀ ਯਾਰ ਇਹ ਪਾਕਿਸਤਾਨ ਦੀ ਫਿਲਮ ਇੰਡਸਟਰੀ ਦੇ ਵਿੱਚ ਇਹਦਾ ਅੱਜ ਵੀ ਨਾਂ ਹੈ ਤੇ ਬੜੀਆਂ ਬੜੀਆਂ ਸੁਪਰ ਹਿੱਟ ਇਹਨੇ ਆਪਦੇ ਦੌਰ ਦੇ ਵਿੱਚ ਫਿਲਮ ਦਿੱਤੀਆਂ ਤੇ ਇਹਦੇ ਛੋਟੇ ਵੀ ਕਾਫੀ ਦੇ ਨਾਂ ਤੋਂ ਮਸ਼ਹੂਰ ਕਫੈਤਾਲੀ ਪੱਟੀ ਕਿ ਪੱਟੀ ਪ੍ਰੋਡਕਸ਼ਨ ਯਾਰ ਫਿਲਮ ਇੰਡਸਟਰੀ ਦੇ ਵਿੱਚ ਚੱਲਦਾ ਸੀ ਜਦੋਂ ਹਦਾਇਤਕਾਰੀ ਕਰਦੇ ਸਾਂ ਕਿ ਯਾਰ ਐਡੇ ਵੱਡੇ ਨਾਂ ਹੋਏ ਨੇ ਟੁਰ ਗਏ ਨੇ ਇਸ ਦੁਨੀਆ ਤੋਂ ਤੇ ਯਾਰ ਅਸੀਂ ਆਖਿਆ ਕਿ ਕੱਲ ਇਹਨਾਂ ਦੀ ਵਰਸੀ ਸੀ ਇਹਨਾਂ ਦੇ ਨੈਸਨ ਪੱਟੀ ਨੂੰ ਖਰਾਜੇ ਤਸਵੀਮ ਪੇਸ਼ ਕੀਤੀ ਜਾਵੇ ਕਿ ਪਿਆਰਿਓ ਲੋਕਾਂ ਦੇ ਦਿਲਾਂ ਚ ਅੱਜ ਵੀ ਵਸਦਾ ਹੈ ਤੇ ਜੇ ਸਾਡੀ ਸਟੋਰੀ ਤੁਹਾਨੂੰ ਚੰਗੀ ਲੱਗੀ ਹੈ ਤੇ ਆਪਦੀ رائے ਕਮੈਂਟ ਦੇ ਵਿੱਚ ਸਾਨੂੰ ਦੱਸੋ ਹਾਂ ਕਿ ਨੈਸਨ ਪੱਟੀ ਤੇ ਇਹ ਸਾਡੀ ਵੀਡੀਓ ਬੰਦੀ ਸੀ ਕਿ ਨਹੀਂ ਬੰਦੀ ਕਿ ਯਾਰ ਉਹਨੂੰ ਲੋਕੀ ਪਿਆਰ ਅੱਜ ਵੀ ਕਰਦੇ ਨੇ ਕਿ ਪਿੰਡਾਂ ਥਾਵਾਂ ਵਾਲੇ ਸਾਡੇ ਦੇਸੀ ਲੋਕ ਨਾ ਅੱਜ ਵੀ ਮੁਹੱਬਤਾਂ ਕਰਦੇ ਨੇ ਅੱਜ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਉਹ ਚਾਹਤ ਉਹ ਪਿਆਰ ਤੁਰ ਗਿਆ ਦੁਨੀਆ ਤੋਂ ਤੇ ਕੀ ਹੋ ਗਿਆ ਸਭ ਨੇ ਟਰਨਾ ਹੈ ਨਾ ਇਹ ਤੇ ਅੱਲਾ ਪਾਕ ਨੇ ਇੱਕ ਨਿਜ਼ਾਮ ਬਣਾਇਆ ਨਾ ਕਿ ਜਿਹੜਾ ਦੁਨੀਆ ਤੇ ਆਇਆ ਉਹਨੇ ਆਹਰ ਜਾਣਾ ਵੀ ਤੇ ਜੇ ਤੁਹਾ ਸਾਡੀ ਸਟੋਰੀ ਤੁਹਾਨੂੰ ਚੰਗੀ ਲੱਗੀ ਤੇ ਫਿਰ ਪਿਆਰਿਓ ਇਹਨੂੰ 11 ਬਿਲੀਅਨ ਨਾਲ ਸ਼ੇਅਰ ਅੱਗੇ ਕਰੋ ਤੇ ਜੇ ਸਾਡੀ ਵੀਡੀਓ ਤੇ ਤੁਸੀਂ ਪਹਿਲੀ ਦਫਾ ਆਏ ਜੇ ਤੇ ਸੋਣਿਓ ਫਿਰ ਮੁਹੱਬਤ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਸੋਣਿਓ ਸਾਨੂੰ ਇਹ ਵੀ ਦੱਸੋ ਕਿ ਤੁਸੀਂ ਕਿਹੜੇ ਪਿੰਡ ਚੋਂ ਸ਼ਹਿਰ ਚੋਂ ਕਿਹੜੇ ਜ਼ਿਲ੍ਹੇ ਚ ਬੈਗ ਸਾਡੀ ਵੀਡੀਓ ਤੁਸੀਂ ਵੇਖਣ ਦਾ ਹੈ